साजन लोको प्रेजेंट तेरे द्वारो सदगुरु ए मन दे वरदान तरहुनि हाथ की जीते बालकी बरम गया ओ केंद्र है तू तरम डालो तो दिए पुरिए जेकर तेरी शान देखण वल तुरिए प्रेमदा दुनिया ने पड़िया देव को जी तरतीए तू की पन करया ओ केंद्र है तू तरम डालो तो दिए पुरिए जेकर तेरी सिफत देखण वल तुरिए इतों कवि की प्रेमदा दुनिया ने पड़िया तैन आप माज गए है सतगुरु सेवें ना तुम्हारा पड़ गया पंज पीरी तो गया बाली ना जिसने करो को जिए पूमिए हेलो को जिए करिए मन करया ना भगवान ने कोई रंग लिखोया इत संत फकीर जो चोटी दा होया चौथी चौथी मंजिल ते सन जाके खड़िया ए लोको जिए कोमिए तू की पन करया चार शक्तियां गुप्त है इक प्रगट करती चार शक्तियां गुत है एक प्रगट करते तानू मिलदी शांति पे अमृत वरते तेरे उत्ते पहुंच के पिया तन मन खरिया हे लोको जिए पूमिए तू की पन करया इत्थे परम ज्ञानिया ने लाया डेरा सचखंड विचों उतरिया आ नक्शा तेरा विश्वकर्मा ने आन के तेरा फोटो कड़िया हे लोको जिए पूमिए तू की पन करया किडिया किडिया पापियां ते विच आया तेरे उत्ते शैतान संतां ने लाया इत्थे अमृत नाम दा दिन बदलो वरिया लोको जिए पूमिए तू की पन करया मथुरा कांसी द्वारका की अख तैन उपरिया दे नाल दी तू लगदी मैनू सूरज वर्ग ज्ञान दा तेरे विच चढ़िया लोको जिए पूमिए तू की पन करया मापिया तेरिया कल जुग विच आके मापिया तेरिया ए टाइम च आके जंग राज मुल्की दे तेन सीस नवा के बदले इस समाज का तू ही दुख हरिया हे लोको जिए पूमिए तू की पन करया है हर वेले होवदे नाले तो मिलदियां तिवटा दरगाही तेरा जस सिंदर ने कविता विच भरिया हे लोको दी तारतीए तू की पन करया हे लोको दी तारतीए तू की पन करया इस कविता विच मंगलाचरण विच स्वामी महाराज के साजे नमाजे गुरु प्यारिया ने गुरु के लंगर च माया पाई सानू नाम भेजा है। हाँ साडे वड्डे वीर विचित्र सिंह ते साडे प्यारे वीर पूर्ण सिंह और स्वामी महाराज के छोटे वीर हम प्यारे सरपंच हीरा सिंह जी सानू नाम भेजिया असीं सोडा इनाम सीवा समझदे हाँ स्वामी जी सारे ब्राह्मणों के नाम मगरों बोलेंगे सारा टाइम नाम जी महेंद्र सिंह जी 50 रुपये महाराज के पुराने सिख ही नंद राम जी के बच्चे नाम
ਗੁਰੂ ਸੰਤ ਜੀ ਅਸੀਂ ਆ ਹਰਿਮੰਦਰ ਦੀ ਸੇਵਾ ਕਰਦੇ ਸੀ ਤੇ ਸਵਾਮੀ ਜੀ ਵੇਖ ਰਹੇ ਅੱਧਾ ਘੰਟਾ ਵੇਖ ਕੇ ਸਾਨੂੰ ਹਾਕ ਮਾਰੀ ਦੋ ਮੇਰੇ ਨਾਲ ਰਲ ਕੇ ਹੋਰ ਸੀ ਸਾਨੂੰ ਗੱਡੀ ਵਾਲੇ ਕਮਰੇ ਸੱਦ ਲਿਆ ਪਹਿਲਾਂ ਸਾਨੂੰ ਜਲ ਛਕਾਇਆ ਜਲ ਛਕਾ ਕੇ ਪੁੱਠਾ ਸੀ ਉਹ ਰੱਬ ਉਹ ਦਿਨ ਭਾਗਾਂ ਵਾਲਾ ਸੀ ਮੇਰੇ ਵਾਸਤੇ ਔਰ ਜਲ ਛਕਾ ਕੇ ਪਿੰਗਲ ਫੜਾਤਾ ਮੈਨੂੰ ਇੱਕ ਵਾਰ ਹੋਰ ਕਹੀ ਕਹਿੰਦੇ ਕਹਿੰਦੇ ਮੈਂ ਭਾਗਵਤ ਸਹਿਤ ਯੋਗ ਸਹਿਤ ਤੇ ਮਹਾਂਪਾਤ ਇਹ ਤੂੰ ਸਾਰੇ ਗ੍ਰੰਥ ਵੇਖੇ ਮੈਂ ਚੁੱਪ ਕਰ ਗਿਆ ਚੱਲ ਕਹਿੰਦੇ ਕੀ ਪੜ੍ਹਨ ਦੀ ਲੋੜ ਹੈ ਮੇਰੀ ਕਥਾ ਸੁਣ ਲਿਆ ਕਰੀ ਧਿਆਨ ਨਾ ਗੁਰਸੰਗ ਜੀ ਮੈਂ ਹੂੰ ਪੜ੍ਹੇ ਇਤਿਹਾਸ ਇਹ ਨਹੀਂ ਪੜ੍ਹੇ ਮੁਸਲਮਾਨ ਕਿਤਾਬਾਂ ਵੀ ਪੜ੍ਹੀਆਂ ਯੂਨਸ ਯੂਸਫ ਅਬਰਾਹੀਮ ਪੈਗੰਬਰ ਕਾਦਰਸਤਾਈ ਤੇ ਗੌਂਸ ਪਾਕ ਬੜਾ ਦਿਲਚਸਪ ਇਤਿਹਾਸ ਹੈ ਅਕਾਲ ਪੁਰਖ ਨੇ ਉਹਨਾਂ ਵਿੱਚ ਆਪਣੀ ਕਲਾ ਵਰਤੀ ਪਰ ਉਹਨਾਂ ਸਭ ਨਾਲੋਂ ਅਕਾਲ ਪੁਰਖ ਨੇ ਆ ਜੋ ਲੀਲਾ ਲੋਕੋ ਵਿੱਚ ਵਰਤੀ ਜਨਮ ਲੈਣ ਤੋਂ ਅੱਜ ਤੱਕ ਪਰਮੇਸ਼ਰ ਨੇ ਨੈਣੀ ਨਜ਼ਾਰੇ ਵਿਖਾਏ ਇਹ ਨਹੀਂ ਭੁੱਲਣ ਵਾਲੇ ਇਹ ਨਹੀਂ ਕਿਸੇ ਨਾਲ ਰਹਿਣੇ ਸਵਾਮੀ ਮਹਾਰਾਜ ਨੇ ਗੱਦੀ ਤੇ ਬੈਠਣ ਸਾਰ ਵੇਖੋ ਇਹ ਸ਼ਕਤੀ ਨੇ ਕੀ ਸੋਚਿਆ ਵੀ ਮੈਂ ਆਪਣਾ ਵਿਛੜਿਆ ਹੋਇਆ ਨੂਰ ਆਪਣੇ ਨਾਲ ਮਿਲਾਵਾਂ ਪਰ ਕਲਯੁਗ ਦਾ ਪਹਿਰਾ ਹੈ ਸਮੇਂ ਦੀ ਵਾਹ ਹੈ ਨਾਮ ਨਹੀਂ ਸਿਮ ਸਕਦੇ ਵਿਚਾਰੇ ਇਹਨਾਂ ਤੇ ਦੇਸ਼ ਦਾ ਅਸਰ ਨਹੀਂ ਪੈਣਾ ਇਹ ਜਿਹੜਾ ਕੁਛ ਕਰਦੇ ਆ ਉਹੀ ਕਰਾਵਾਂ ਰਸਤੇ ਭਰਾਉਣੇ ਸ਼ੁਰੂ ਕਰ ਦਿੱਤੇ ਸੇਖੇ ਵਾਲੀ ਸੜਕ ਦੇ ਵਿੱਚ ਮੈਂ ਸੀ ਤਾਂ ਪਹਿਲੇ ਦਿਨ ਸੰਗਤਾਂ ਘਰ 'ਚ ਬੈਠੀਆਂ ਮੈਂ ਉਹਨਾਂ ਕੋਲ ਸੁਣੀ ਆਵਾਂ ਉਹ ਮੇਰੇ ਦਿਮਾਗ 'ਚ ਥੋੜ੍ਹਾ ਜਿਹਾ ਫਰਕ ਸੀਗਾ ਉਹ ਮੈਂ ਅੰਦਰ ਹੀ ਬੈਠਾ ਰਿਹਾ ਅਤੇ ਉਹ ਜਿਵੇਂ ਗਿਆ ਮੈਂ ਗੱਲਾਂ ਸੁਣੀ ਗਿਆ ਬੈਠਾ ਬੜੇ ਦਾਨਸਮੰਦ ਪੁਰਸ਼ ਕਦੇ ਝੂਠ ਨਹੀਂ ਸੀ ਬੋਲਣ ਵਾਲੇ ਉਹਨਾਂ ਨੇ ਕੀ ਕਿਹਾ ਲੈ ਵੀ ਕਹਿੰਦੇ ਦਸਵੇਂ ਪਾਤਸ਼ਾਹ ਵੇਲੇ ਕਹਿੰਦੇ ਕਨ੍ਹਈਏ ਨੇ ਜਲ ਛਕਾਇਆ ਉਹਦੀ ਬਿਰਤੀ ਆਹ ਸੀ ਮੱਦੋ ਕਿਆ ਉਹ ਸਿੱਖ ਸੀ ਉਹ ਜਾਗਰ ਸਿੰਘ ਕਹਿੰਦਾ ਪੱਕੀ ਗੱਲ ਜਾਣਿਆ ਅੱਜ ਮੈਨੂੰ ਆਉਣ ਲੱਗਿਆ ਵੀ ਜਿਹਨੂੰ ਮੈਂ ਜਲ ਛਕਾ ਤਾ ਉਹ ਮੋਕਸ਼ ਹੋ ਜਾਊ ਫਿਰ ਲੋਸਮੈਂਟ ਹੋਈ ਜਾਵੇ ਫੌਜੀ ਨੇ ਲੋਸਮੈਂਟ ਕੀਤੀ ਥੋੜ੍ਹੇ ਜਿਹੇ ਜਵਾਨ ਬਹਿ ਗਏ ਉਹ ਕਹਿੰਦੇ ਵੀ ਇੱਥੇ ਬੈਠੋ ਨਾ ਜਾਣੀ ਸਵਾਮੀ ਦੀ ਪ੍ਰਤੱਖ ਕਲਾ ਦੀ ਬਾਤ ਆ ਕੀ ਪਤਾ ਉਹ ਕੋਈ ਧਰਤੀ ਹੇਠਾਂ ਸਵਾਸ ਨਾ ਹੋਵੇ ਜਾਂ ਜਵਾਨਾਂ ਨੇ ਟੱਕ ਲਿਆ ਪਹਿਲੇ ਚੇਤੇ ਵਿੱਚ ਚੁੱਟੀ ਚੁੱਟੀ ਸਵਾਸ ਵੀ ਨਿਕਲ ਫਿਰ ਮਹਾਰਾਜ ਜੀ ਨੇ ਆਪਣੇ ਭਾਸ਼ਣ ਕੀਤਾ ਉਹ ਨਗਰ ਵਿੱਚੋਂ ਵਾਹਵਾ ਨਾ ਆਏ ਅਤੇ ਇਧਰੀਆਂ ਗੁਰੂ ਸੰਗਤਾਂ ਨੇ ਜਾ ਕੇ ਉਹ ਰਸਤਾ ਭਰਿਆ ਸੀ ਅਤੇ ਪਿੱਛੋਂ ਦਾ ਇਲਾਕਾ ਜੁੜਿਆ ਪਿਆ ਸਦਾ ਹੀ ਜੋੜਤਾ ਨੂੰ ਲਾਣ ਲਿਆ ਭਾਸ਼ਣ ਵਿੱਚ ਸਵਾਮੀ ਨੇ ਕਿਹਾ ਇਹਦੇ ਗੁਰੂ ਸੰਗਤ ਜੀ ਉਹ ਨਗਰ ਨਿਵਾਸੀ ਉਹ ਦੇਖੋ ਤੁਹਾਡੇ ਘਰ ਆ ਪ੍ਰਾਪਤ ਆਇਆ ਅਤੇ ਕੰਮ ਤਾਂ ਨਿਰਤੀ ਕਰਨੇ ਆ ਨਾ ਨਾਲ ਜਾਣੇ ਆ ਤੁਸੀਂ ਰਸਤੇ ਵਿੱਚ ਕਿਉਂ ਨਹੀਂ ਸ਼ਾਮਿਲ ਹੋਏ ਅਤੇ ਜੇ ਭਰਾ ਵੀ ਪੁਲਿਸ ਲੈ ਜੇ ਫੜ ਕੇ ਗੁਰੂ ਸੰਗਤ ਜੀ ਦੂਜੇ ਦਿਨ ਕੀ ਬਾਤ ਹੋਈ ਜਿਹੜੇ ਪਿੰਡ 'ਚ ਰਹੇ ਨਾ ਸੇਵਾ 'ਚ ਨਹੀਂ ਸੀ ਆਏ ਸਭ ਨੂੰ ਕੋਲ ਸੱਤ ਕੁੜੀਆਂ ਲਾਈ ਤੁਰੀ ਆ ਜਿਹੜੇ ਬੱਚੇ ਉਹ ਸਤਸੰਗ ਵਿੱਚ ਆ ਕੇ ਬਚੇ ਸੋ ਇਹ ਹਰਮਨ ਪਿਆਰੇ ਦੇ ਸਮੇਂ ਨੂੰ ਗੁਰੂ ਸੰਗਤ ਜੀ ਉਹ ਸਮੇਂ ਦੀਆਂ ਸਰਕਾਰਾਂ ਵੀ ਚੁੱਕੀਆਂ ਆਪਾਂ ਸੁਣਦੇ ਸੀ ਵੀ ਅਯੁੱਧਿਆ ਵਾਸੀਆਂ ਨੇ ਭਗਵਾਨ ਦਾ ਬੜਾ ਬਰਾਤ ਪ੍ਰੇਮ ਕੀਤਾ ਪਰ ਆਹ ਤਾਂ ਅੱਖੀ ਵੇਖਿਆ ਹੈ ਇੰਨਾ ਸਤਿਕਾਰ ਸਮੇਂ ਨੇ ਕਿਸੇ ਰਹਿਵਰ ਦਾ ਨਹੀਂ ਕੀਤਾ ਹੋਣ ਅਖੀਰ ਤੱਕ ਸਰਕਾਰੀ ਸਨਮਾਨਾਂ ਨਾਲ ਸਵਾਮੀ ਮਹਾਰਾਜ ਦਾ ਸਤਿਕਾਰ ਹੋਇਆ ਜਦੋਂ ਇਹ ਖਬਰ ਅਸੀਂ ਦੱਸੀ ਰੇਡੀਓ ਵਾਲਿਆਂ ਨੂੰ ਉਹਨਾਂ ਨੇ ਸੱਚ ਨਹੀਂ ਮੰਨਿਆ ਨਾ ਅਖਬਾਰਾਂ ਵਾਲਿਆਂ ਨੇ ਮੰਨਿਆ ਉਲਟਾ ਇਹ ਉੱਤਰ ਆਇਆ ਕਹਿੰਦੇ ਕੌਣ ਬਕਵਾਸ ਕਰ ਰਿਹਾ ਐਸੇ ਮਹਾਨ ਪਵਿੱਤਰ ਸ਼ਖਸੀ ਦੇ ਉਲਟ ਕੌਣ ਕਹਿੰਦੇ ਇਹ ਲਫ਼ਜ਼ ਵਰਤ ਰਿਹਾ ਅਸੀਂ ਨਹੀਂ ਸੱਚ ਮੰਨਣਾ ਅਸੀਂ ਫਿਰ ਮੋਗੇ ਤੋਂ ਜਾ ਕੇ ਇੱਕ ਮਨੈਟਰ ਤੋਂ ਟੈਲੀਫੋਨ ਕਰਾਇਆ ਅਤੇ ਸਵਾਮੀ ਮਹਾਰਾਜ ਨੂੰ ਇਸ ਬਾਤ ਦਾ ਪਤਾ ਟੈਲੀਫੋਨ ਆਇਆ ਉਹ ਕਹਿੰਦੇ ਵੀ ਸਿਰ ਕਾਟ ਲਹਿਕੇ ਰੱਖਣਾ ਅਤੇ ਸਾਨੂੰ ਇਉਂ ਦੱਸਿਆ ਜਾਵੇ ਵੀ ਇਹ ਇੰਨੇ ਮਹਾਂਪੁਰਖ ਥੋੜ੍ਹੇ ਜਿਹੇ ਸਮੇਂ ਵਿੱਚ ਮਸ਼ਹੂਰ ਕਿਉਂ ਹੋਏ ਅਤੇ CID ਨੇ ਆ ਕੇ ਗੌਰਮੈਂਟ ਨੂੰ ਦੱਸਿਆ ਕਿ ਮਹਾਰਾਜ ਐਡਾ ਦੇਸ਼ ਭਗਤ ਦੇ ਹੱਥ ਵਿੱਚ ਜੇ ਕੋਈ ਥੋੜ੍ਹੀ ਜਿਹੀ ਤਾਕਤ ਹੋਵੇ ਦੁਨੀਆਂ ਨੂੰ ਪੈਰਸ ਬਣਾ ਦੇਵੇ ਪਰ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀ ਵੀ ਇੱਥੋਂ ਤਾਂ ਸਰਕਾਰਾਂ ਬਣਦੀਆਂ ਟੈਲੀਫੋਨ ਆਇਆ ਕਹਿੰਦਾ ਵੀ ਮੈਂ ਅੱਧੇ ਪਿੰਡੇ ਦਾ ਉੱਥੋਂ ਪੁੱਛ ਰਿਹਾ ਵੀ ਕੋਈ ਆਸਮਾਨ 'ਚੋਂ ਆ ਕੇ ਬੰਦਾ ਮੈਨੂੰ ਦੱਸੇ ਵੀ ਇਹਨਾਂ ਨੇ ਕੀ ਕੰਮ ਕੀਤੇ ਅਤੇ ਮੈਂ ਟੈਲੀਫੋਨ ਚੱਕਿਆ ਮੇਰੇ ਕੋਲ ਪੂਰਨ ਸਿੰਘ ਵੀ ਖੜਾ ਮੈਂ ਕਿਹਾ ਵੀ ਤੈਨੂੰ ਪੁੱਛਣਾ ਨਹੀਂ ਆਇਆ ਮੈਂ ਤੈਨੂੰ ਦੱਸਾਂ ਕਿ ਕੰਮ ਤਾਂ ਹੁੰਦੇ ਲੋਕ ਕਰਦੇ ਉਹ 2 ਮਿੰਟ ਸੋਚ ਕੇ ਕਹਿੰਦਾ ਹਾਂ ਮੈਂ ਇਹ ਪੁੱਛਣਾ ਵੀ ਇਹਨਾਂ ਵਿੱਚ ਕਿਹੜਾ ਐਡਾ ਗੁਰਸੀ ਇੰਨੇ ਉੱਘੇ ਹੋਏ ਮੈਂ ਕਿਹਾ ਤੈਨੂੰ ਹਜੇ ਵੀ ਨਹੀਂ ਪੁੱਛਣਾ ਆਇਆ ਕਹਿੰਦਾ ਵੀ ਫਿਰ ਮੈਨੂੰ ਕਿਉਂ ਨਹੀਂ ਪੁੱਛਣਾ ਆਇਆ ਮੈਂ ਕਿਹਾ ਤੂੰ ਇਉਂ ਕਹਿਣਾ ਸੀ ਤੂੰ ਕਿਹੜਾ ਬਾਹਰਲੇ ਦੇਸ਼ ਦਾ ਹੈ ਇਸੇ ਸੂਬੇ ਦਾ ਤੂੰ ਇਹ ਪੁੱਛਣਾ ਸੀ ਵੀ ਉਹ ਕਿਹੜਾ ਗੁਣ ਹੈ ਜਿਹੜਾ ਲੋਕ ਵਾਲਿਆਂ ਵਿੱਚ ਨਹੀਂ ਸੀ
ਲੈ ਮੈਂ ਕਿਹਾ ਮੈਂ ਤੈਨੂੰ ਚਿੱਠੀ ਲਿਖਦਾ ਸਿੱਧੀ ਵੀ ਆਊਗੀ ਐਂ ਨਹੀਂ ਦੱਸੇ ਨੇ ਟੈਲੀਫੋਨ ਦੇ ਵਿੱਚ ਗੁਰ ਸੰਗ ਜੀ ਉਹ ਚਿੱਠੀ ਸੀ ਪਾਈ ਕਵਿਤਾ ਸੀ ਕਾਗ ਕਰਦਾ ਫਿਰੇ ਜਗ ਜਾਰ ਜੀ ਨੂੰ ਤੇ ਸੀਗਾ ਉਹ ਦੀ ਤਾਰ ਵੀ ਵੇਖਿਆ ਮੈਂ ਨਾਲੇ ਉਸ ਤੋਂ ਸੁਣੀ ਮੈਂ ਅਮਰ ਬਾਣੀ ਉਹ ਰਾਜ ਰਾਜ ਦੀਦਾਰ ਵੀ ਵੇਖਿਆ ਉਸ ਵਰਗਾ ਕਿਸੇ ਤੇ ਹੁਸਨਾ ਹੈ ਨੀ ਹੋਰ ਸਾਰਾ ਸੰਸਾਰ ਵੀ ਵੇਖਿਆ ਮੈਂ ਅੱਜ ਦੇ ਦਿਲ ਰਾਜਾਈ ਦੇ ਕਾਰਨਾਮੇ ਉਹ ਅੱਖੀ ਉਹ ਅਵਤਾਰ ਵੀ ਵੇਖਿਆ ਮੈਂ ਜੀ ਤਨ ਹੈ ਤੂੰ ਤਨ ਜੀ ਤਨ ਹੈ ਤੂੰ ਤਨ ਲੋਕੋ ਜਾਪ ਕੰਬਰ ਤੇਰਾ ਅਵਤਾਰਾਂ ਤੋਂ ਫਸਟ ਨੰਬਰ ਕਿਹੜਾ ਕੰਮ ਕਰ ਜੂ ਸਵਾਮੀ ਵਰਗੇ ਅਜੇਰੇ ਪਾਸੇ ਵੇਖ ਲੋ ਕਮਾਲਾ ਕਰਦੇ ਜੀ ਸੱਚ ਖੰਡ ਲੋਕੋ ਨੂੰ ਬਣਾਉਣ ਪਾਲਿਆ ਵਿਛੜੇ ਵਹੀਰ ਨੂੰ ਮਿਲਾਉਣ ਵਾਲਿਆ ਭਾਗਾ ਆਪਲੇ ਅਪੜ ਡਰ ਗਏ ਅਜਿਹੜੇ ਪਾਸੇ ਵੇਖ ਲੋ ਕਮਾਲਾ ਕਰ ਗਏ ਉਹ ਤੇਰਾ ਤੇਰਾ ਕਹਿ ਕੇ ਜੀ ਤੇਰਾ ਤੇਰਾ ਕਹਿ ਕੇ ਮੋਦੀ ਖਾਨਾ ਤੋਲਤਾ ਟਿੱਟੂ ਕਮਰਤ ਦਾ ਖਜ਼ਾਨਾ ਖੋਲਦਾ ਇਸ ਦਾ ਪਤਾ ਬਈ ਇਸ ਦਾ ਪਤਾ ਨੀ ਕਿੰਨੇ ਕਰ ਗਏ ਜਿਹੜੇ ਪਾਸੇ ਵੇਖ ਲੋ ਕਮਾਲਾ ਕਰ ਗਏ ਇਹ ਲੋਕ ਦਾ ਸ਼ਹੂਰ ਹੀ ਰਹੂ ਇੱਥੇ ਰੱਬ ਹਾਜ਼ਰ ਹਜ਼ੂਰ ਹੀ ਰਹੂ ਬਈ ਅੱਗੇ ਅੱਗੇ ਦੇ ਕੇ ਉਹ ਅੱਗੇ ਅੱਗੇ ਦੇ ਕੇ ਉਹ ਗੱਦੀ ਨੂੰ ਮਾਰ ਗਏ ਜਿਹੜੇ ਪਾਸੇ ਵੇਖ ਲੋ ਕਮਾਲਾ ਕਰ ਗਏ ਜੀ ਹੋਈ ਦਹਰਾ ਤੇਰੀ ਰਚਨਾ ਦੇ ਚੜੀ ਜਾਂਦੇ ਫੁੱਲ ਪਰ ਬਚਨ ਦੇ ਪਤਾ ਨਹੀਂ ਸਿੱਖਾਂ ਚ ਕਰੰਟ ਪਰ ਗਏ ਜਿਹੜੇ ਪਾਸੇ ਦੇਖ ਲੋ ਕਮਾਲਾ ਕਰ ਗਏ ਜੀ ਜਿਹੜੀਆਂ ਸਿੱਖਾਂ ਤੇ ਲਾਗੀਆਂ ਕਸੌਟੀਆਂ ਅੰਗ ਸੰਗ ਜਾਣ ਕੇ ਬਜਾਉਂਦੇ ਜਾਤੀਆਂ ਜਿਹੜੇ ਉਹਨੂੰ ਪ੍ਰੇਮ ਦਾ ਸਬਕ ਪਾਲ ਗਏ ਜਿਹੜੇ ਪਾਸੇ ਦੇਖ ਲੋ ਕਮਾਲਾ ਕਰ ਗਏ ਆਏ ਸੀ ਪੈਗੰਬਰ ਪ੍ਰੇਮ ਨਗਰਾਂ ਲੋਕੀ ਪੈੜਾਂ ਪੂਜਦੇ ਫਿਰਨ ਮਗਰਾਂ ਜਿੱਥੇ ਜਿੱਥੇ ਪਾਤਸ਼ਾਹ ਚਰਨ ਤਰ ਗਏ ਜਿਹੜੇ ਪਾਸੇ ਦੇਖ ਲੋ ਕਮਾਲਾ ਕਰ ਗਏ ਜੀ ਪਤਾ ਲੱਗੇ ਉਹਨਾਂ ਪਤਾ ਲੱਗੇ ਉਹਨਾਂ ਦੇ ਚਮਤਕਾਰਾਂ ਤੋਂ ਨਵੀਂ ਲੀਲਾ ਕੀਤੀ ਪਹਿਲਾਂ ਅਵਤਾਰਾਂ ਤੋਂ ਸਾਰਿਆਂ ਤੋਂ ਨਾ ਕਰਸ਼ੇ ਨਰਾਲੀ ਕਰ ਗਏ ਜਿਹੜੇ ਪਾਸੇ ਦੇਖ ਲੋ ਕਮਾਲਾ ਕਰ ਗਏ ਜੀ ਤਨ ਮਨ ਸਵਾਮੀ ਤੋਂ ਸਿੱਖਣ ਵਰਤੇ ਸਾਰਿਆਂ ਤੋਂ ਪਹਿਲਾਂ ਕੀਰਤ ਸੰਭਾਰਤੇ ਕਿੰਨੇ ਗੁਰਦੁਆਰ ਤੇ ਸਤਰ ਚੜ ਗਏ ਜਿਹੜੇ ਪਾਸੇ ਦੇਖ ਲੋ ਕਮਾਲਾ ਕਰ ਗਏ ਜੀ ਬਾਣਾ ਵਿੱਚ ਲਾਈਆਂ ਉਹ ਬਾਣਾ ਵਿੱਚ ਲਾਈਆਂ ਮੈਂ ਫਿਲਾ ਨੀ ਸੁਣੀਆਂ ਤਾਰਤੀ ਬਹਾਨੇ ਨਾਲ ਕਿੰਨੀ ਦੁਨੀਆ ਹੋਈ ਲੱਗ ਗਈਆਂ ਰੌਣਕਾਂ ਜਿੱਥੇ ਵੀ ਖੜ ਗਏ ਜਿਹੜੇ ਪਾਸੇ ਵੇਖ ਲੋ ਕਮਾਲਾ ਕਰ ਗਏ ਜੀ ਸ਼ਾਂਤੀ ਸੂਰਮੇ ਸਨ ਕੋਈ ਤਲਾ ਦੋਵੇਂ ਸੀ ਇਹ ਅਵਤਾਰ ਸ਼ਾਂਤੀ ਦੇ ਸੁਣੇ ਸੀ ਵੇਖੇ ਗਏ ਤਪ ਦੇ ਕਰੋੜਾਂ ਖੜ ਗਏ
जेरे पासे बेगलो माला कर गए गौते गरीबा गौते गरीबा नो तुसी सी चल दे हर वेले देख लो लंगर चल दे दात्यां दी मेहर दे बदर लार दे जेरे पासे देख लो माला कर दे उच्चियां सिटे जा उच्चियां सिटे जा उपरे गड़ोए सारी दुनिया दे सवा जीत होए पट जा पात दी जमाही जड़ गए वो जेरे पासे देख लो कमाला कर गए जी एह अवता है ओ एह अवता सारे अंदा सांझा सी होर किने मारना सराते मांझा सी बड़े बड़े पंडित चरण फर गए जेड़े पासे देख लो कमाला कर गए जी ऐसी काब कला ऐसी काब कला नहीं किसे च हो मनी सब तो सी बटे शरां दे शरमनी कैसे कैसे बाणी च सुनार पर गए वो जेड़े पासे देख लो कमाला कर गए जी मुक्के ना मसल मुकुदा कुमार तेरिया कमालां दी अज सी उमर सन ताई साला दी इन्नी से दिकार के स्वामी कर दे जेड़े पासे देख लो कमालां कर दे जी सागर समान सागरा समा सी कबीर दिल दे पातशाह पातशाह फकीर दिल दे दिना दिया गल्ला दिला जी जर गए जेड़े पासे देख लो कमाला कर गए जी दुनिया दे पापा दुनिया दे पापा दे पहाड़ चक के उठ गया शीश दे पर रख के इतने शरीर ते कबट जर गए वो जेड़े पासे देख लो कमाला कर गए जी जंदे है चितारे जंदे है चितारे गण दोस मगर निंदका ने पीते अफसोस मगरा नाले पत्थरां दे दिल ओ पत्थरां दे दिल दिल दी फर गए जेड़े पासे देख लो कमाला कर दे याद कर कर याद कर कर के अलाका रोया सी यही हाल जुगिया पूरी दा होया सी उदों लोकी सारू बाण के बाच बाड़ गए जेड़े पासे देख लो कमाला कर गए वो बंड गया प्यार पा गया प्यार बहुता दिल जानिया अज रखा मीरा रोंदिया दीवानिया नाले कीवे हाल होए कीवे हाल होए नहीं परत वार गए जेड़े पासे देख लो कमाला कर गए हो किंदरा तू सिख हो किंदरा तू चेला एडे अवतार द तैनू भी सुखा गे सब तू प्यार द बड़े बड़े कर ओ बड़े बड़े कर देश हत हार दे जेड़े पासे देख लो कमाला कर दे स्वामी जी तो सुनते होंगे सी के गुरमान शायद पैगंबर राजे महाराजे स्वामी महाराज का जो वाद है यदी बहार होंगे जदों ये लोग हो जाते हैं दुनिया के खीजा वार हो जाती है कहते जो पूर्ण गुरु में सिटिया गया सी सियाल कोट के जो पंसी सी और हरना दिया डारा सियाल कोट की जू सड़ गए सी रूहां दिया पकारा सुन के बारह वर्षा बाद गुरु गोरख ने पूर्ण फिर सियाल कोट भेजा सी नाल बहारा आईया अखी वेखी बात जो स्वामी महाराज जी
आलोक होए। सब ने वेख्या, मैं कड़ा कले ने वेख्या, आड़ी हरियाली सी विरसा की मदन होई। पंछियों ने कई दिन चोग नहीं चुगे, धौना सिट के बैठे रहे। सूरज ने बहुते दिन लाली विखाई, कुदरत ने अफसोस किया। भावे दरगाह विच मंगलाचार होए होंगे, पर मात लोक दे विच तां पत्थरां दे दिल भी होए। अज जिहड़ा तुसी ड्यूटियां ते कायम होए वे हो, और उस का अकाल पुरख नूं अंग संग समझ रहे हो, गुरु संगत जीओ, ये स्वामी जी ने आपां नूं पाणा मनण दा बल बख्शिया है। नहीं तां ध्यान मारो, जदों दिल च बात आउंदी है कि ये पतंबर धारी पंका विहारी लम्मियां भुजां वाले सोहणी रफ्तार रफ्तार वाले हुण कदों मिलणगे? चार साल हो गए लियाउंदिआं, हौल नहीं पैंदे, दिल नहीं घटदा। सो ये तां गुरु संगत जीओ, स्वामी जी ने अपने ते नजर कीती है। जे नजर ना कीती हुंदी, सुनो कविता दे विच की हाल हुंदा। सीन छोड़ गया प्रीतिमा प्रेम बागे, करो फैसलाएगा दिस तूर क्या है, वो बेटा करते दिल दिमाग तैनू, वो तेरे सोनिया होर मंजूर क्या है। साडे दिलां दे राज दरबार हो गए, वो साथ हो गया ऐड किसूर क्या है। जाता दस जो कित दरबार सिंगा, वो साडे प्रेम में फर्क हजूर क्या है। एक दिल दे आज बिना औखा है जीवन तो मरना, ऐसे दिल जाएगा औखा बहुत विछोड़ा जरना। ओ संग दी प्रीत मने हालत तेरी फकीरा बाली, रोंदी गुरु संग तेनू छड के प्रेम बाग दे माली। उत्ते विच अनसा दे मंगला चार खुशी दे होए, बिच मात लोग दे जी उदम दिल पत्थरा दे रोए। बहुत दिन पहला सी सूरज रिया बखाउंदा लाली, रोंदी गुरसंग तेनू छड के प्रेम बाग दे माली। बाजू मनमोण दे दामा डोल हो गए मनसी, बैठे दिलगीर रहे बैठे चोर चूरना पंसी। रंग ता बदला गई सी ऐना बिरसा दी हरियाली, रोंदी गुरसंग छड गए प्रेम बाग दे माली। बहुते हमदर्दी सी सब का सुन सार दुख हरिया, बई इस पतंबर ने बहुता प्रेम संगत विच भरिया। सी अपने प्रेम विचों सब नू बन के प्रेम प्याली, रोंदी गुरसंग तेनू छड गए प्रेम बाग दे माली। कोई पिछनू कहिंदा सी कोई गुरु नानक सी कहिंदा, संतां दा पेश करी सीगा रब लोको विच रहिंदा। कर करके दर्शन असंग च रहिंदी सी मतवाली, रोंदी गुरसंग तेनू छड गए प्रेम बाग दे माली। सब दर्शन दर्शन तेरी जाग वसी विच हिरदे, सब तेरे प्यारे जी हुण तक रहण बड़ा विच फिरदे। कर करके दर्शन संगत रहिंदी सी मतवाली, रोंदी गुरसंग तेनू
ਸਾਡੇ ਪੇਮਾਰ ਦੇ ਮਾਲੀ ਜੋ ਉੱਠ ਗਏ ਮਥੁਰਾ ਨੂੰ ਸੱਜ ਕੇ ਗੋਕਲ ਕ੍ਰਿਸ਼ਨ ਮਹਾਰੀ ਗੁਣ ਚੇਤੇ ਕਰ ਕਰਕੇ ਰੋਂਦੀ ਗੋਕਲ ਫਿਰੇ ਵਿਚਾਰੀ ਆਨੰਦ ਲਾਲ ਮੇਰਾ ਆਨੰਦ ਲਾਲ ਬਿਨਾ ਗਲੀਆਂ ਬਿਰਜ ਪੁਰੀ ਦੀਆਂ ਖਾਲੀ ਰੋਂਦੀ ਗੁਰਸੰਗ ਛੱਡ ਗਏ ਪ੍ਰੇਮ ਵਾਲੀ ਦੇ ਮਾਲੀ ਲੀਲਾ ਇਸ ਸ਼ਕਤੀ ਨੇ ਕੀਤੀ ਹੈ ਸੋਹਣੀ ਤੋਂ ਸੋਹਣੀ ਇੱਕ ਸ਼ਬਦ ਦਾ ਸਾਂਝਾ ਸੀ ਦੂਜੀ ਸੂਰਤ ਸੀ ਮਨਮੋਹਣੀ ਸੰਗਤਾਂ ਨੂੰ ਕਿੰਦਰੀ ਸਿੰਗਾ ਪੁੱਲਣੀ ਨਹੀਂ ਤਸਵੀਰ ਨਿਰਾਲੀ ਪੁੱਲਣੀ ਨਹੀਂ ਤਸਵੀਰ ਨਿਰਾਲੀ ਅੱਜ ਦੇ ਦਿਨ ਸੰਗਤਾਂ ਨੂੰ ਸੱਜ ਗਏ ਪ੍ਰੇਮ ਬਾਗ ਦੇ ਮਾਲੀ ਪਰ ਛੇਤੀ ਹੋ ਲੋਪ ਗਿਆ ਜਲਵਾ ਸੀ ਥੋੜੇ ਜਿਹੇ ਚਿਰ ਦਾ ਸੰਤਾਂ ਦਾ ਭੇਸ ਕਰੀ ਸੀਗਾ ਰੱਬ ਲੋਕੋ ਵਿੱਚ ਫਿਰਦਾ ਗੁਰੂ ਸਿੰਘ ਜੀ ਇਹ ਤਾਂ ਫਿਰ ਉਹਨੂੰ ਪਰਮੇਸ਼ਰ ਦਾ ਆਪ ਬਣਾਇਆ ਸੀ ਇਹ ਤਾਂ ਇੱਕ ਦਿਨ ਵਰਤਣਾ ਸੀਗਾ ਇਹ ਤਾਂ ਇੱਕ ਜਿਵੇਂ ਬੱਚੇ ਤਾਈ ਬੁੱਕੜੀ ਖੇਡਦੇ ਹੁੰਦੇ ਹੈ ਅਤੇ ਉਹ ਲੁਕ ਜਾਂਦੇ ਫਿਰ ਉਹਨੂੰ ਭਾਲਣਾ ਪੈਂਦਾ ਹੈ ਕਿਰਪਾ ਕਰੇ ਤਾਂ ਮਿਲੇ ਦਰਬਾਰ ਸਿੰਘਾ ਆਪੇ ਲੁਕਿਆ ਰਿਹਾ ਫਿਰ ਖੋਜ ਆਪੇ ਬਾਹਰ ਆ